श्री अकाल तख्त साहब के साबका जथेदार ते पंथक अकाली दल लहर के सरप्रस्त ग्यानी रणजीत सिंह ते एसजीपीसी मैंबर भाई गुरप्रीत सिंह रंधावा ने फतेहगढ़ साहब के पिंड तरखान माजरा ते जल्ला विखे होए श्री गुरु ग्रंथ साहब जी की बेअदबी वाले स्थान ते पत्रकारां नाल गलबात करदिआं श्रोमणी गुरुद्वारा प्रबंधक कमेटी के प्रबंध से दोष लगाउंदिआं कहा कि श्रोमणी गुरुद्वारा प्रबंधक कमेटी की नलायकी करके जो 328 स्वरूप गुम होए हैं, जो संगत वालों उन्होंने स्वरूपों बारे पूछा जाता है तो श्रोमणी कमेटी के प्रधान लौंगोवाल वालों वार-वार यह कह के टाल दिता जाता है कि गुरु घर में किसी बाहरी फोर्स का दखलअंदाजी नहीं करने दी जाएगी। पर जब तरखान माजरा विखे पावन स्वरूपों की बेअदबी हुई तो हुण इसे प्रधान वालों सरकार और प्रशासन तो मांग की जा रही है कि प्रशासन पूरी तनदेही नाल इस होए बेअदबी बारे जांच करे। ਸਿੰਘ ਲੌਂਗੋਵਾਲ ਨੂੰ ਅਸੀਂ ਮਈ ਜੂਨ ਤੋਂ ਇਹ ਦੁਹਾਈ ਦੇ ਰਹੇ ਹਾਂ ਕਿ ਇੱਕ ਤਾਂ 328 ਸਰੂਪ ਪਹਿਲਾਂ 267 ਫਿਰ 328 ਸਰੂਪ ਉਹ ਕਿੱਥੇ ਗਏ, ਕਿਹਦੇ ਹੁਕਮ ਨਾਲ ਗਏ, ਇਹ ਪਤਾ ਲਾਉਣ ਲਈ ਇਨਵੈਸਟੀਗੇਸ਼ਨ ਕਰਾਉਣ ਲਈ ਅਰਜ਼ੀ ਦੇਵੇ। ਉਸ ਤੋਂ ਬਾਅਦ ਉਸ ਤੋਂ ਪਹਿਲਾਂ 84 ਦੇ ਜਿਹੜੇ ਸਾਡਾ ਬੜਾ ਬੇਸ਼ਕੀਮਤ ਖਜ਼ਾਨਾ 200 ਸਰੂਪ हथ लिखत उन्होंने एक सुनहरी भीड़ आ जी बाबा हरदास सिंह ने लिखी गुरु गोबिंद सिंह जी के साइन ने तो दसम ग्रंथ दीआं भीड़ा 28 हुक्मनामे दो जन्म साखियां ये नहीं मिल रही। ये गैब ने 20-22 साल तो ये रैफरेंस गुरु रामदास रैफरेंस लाइब्रेरी का खजाना सी उत्थे है नहीं। ये ਉਹਨੂੰ ਅਸੀਂ ਬਾਰ-ਬਾਰ ਕਿਹਾ ਕਿ ਇਹਦੇ ਲਈ ਪੁਲਿਸ ਇਨਵੈਸਟੀਗੇਸ਼ਨ ਲਈ ਰਾਹ ਪੱਤਰਾ ਕਰੋ ਤਾਂ ਕਿ ਪਤਾ ਲੱਗੇ ਕਿੱਥੇ ਗਈਆਂ, ਜਿੱਥੇ ਗਈਆਂ ਵਾਪਸ ਆਉਣ। ਤੇ ਲਿਆ ਸਕਦੀ ਆ ਏਜੰਸੀਜ਼, ਸਰਕਾਰ ਲਿਆ ਸਕਦੀ ਆ, ਅਸੀਂ ਨਹੀਂ ਲਿਆ ਸਕਦੇ। ਹਾਂਜੀ, ਅੱਜ ਨਗਰ ਤਰਖਾਣ ਮਾਜਰਾ ਜਿੱਥੇ ਬੜੀ ਦੁਖਦਾਈ ਘਟਨਾ ਵਾਪਰੀ, ਹਲਕਾ ਫਤਿਹਗੜ੍ਹ ਸਾਹਿਬ ਜਿੱਥੋਂ ਸੰਗਤ ਨੇ ਦਾਸ ਨੂੰ 9 ਸਾਲ ਪਹਿਲਾਂ ਇਸ ਹਲਕੇ ਦੀ ਸੇਵਾ ਦਿੱਤੀ ਸੀ। ਸੋ ਸਾਡੇ ਮਨ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਹੈ ਕਿ ਅੱਜ ਇਸ ਜਗ੍ਹਾ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪਹੁੰਚੇ ਨੇ ਇਸ ਦੁਕਾਨ ਦੇ ਵਿੱਚ ਨਗਰ ਦੇ ਨਾਲ ਦੁੱਖ ਸਾਂਝਾ ਕਰਨ ਲਈ, ਕਿਉਂਕਿ ਇਸ ਨਗਰ ਦੇ ਵਿੱਚ ਇਹ ਦੂਸਰਾ 20 ਸਾਲ ਬਾਅਦ ਹਮਲਾ ਹੋਇਆ। ਤਾਂ ਆਪਾਂ ਸਮਝ ਸਕਦੇ ਹਾਂ ਕਿ ਜਿਹੜਾ ਨਗਰ ਦੀਆਂ ਸੰਗਤਾਂ ਦੇ ਉੱਤੇ ਬੜਾ ਵੱਡਾ ਭਾਰ ਆਉਂਦਾ। ਸੋ ਇਸ ਲਈ ਪਰ ਫਿਰ ਵੀ ਕਿਉਂਕਿ ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬ ਨੇ ਜਿੰਦਾ ਲਾ ਕੇ ਰੱਖਿਆ ਹੋਇਆ ਸੀ ਬੜੀ ਜ਼ਿੰਮੇਵਾਰੀ ਨਾਲ, ਜਿਹੜਾ ਕਿ ਆਮ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਇਸ ਤਰ੍ਹਾਂ ਮਿਲਦਾ। ਸੋ ਅਸੀਂ ਇਸ ਲਈ ਜਿਹੜਾ ਇਹਦੇ ਉੱਤੇ ਬਾਕੀ ਜੋ ਸਿੰਘ ਸਾਹਿਬ ਨੇ ਕਿਹਾ ਉਹਨਾਂ ਗੱਲਾਂ ਦੀ ਅਸੀਂ ਪ੍ਰੋੜਤਾ ਕਰਦੇ ਹਾਂ ਕਿ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ, ਕਿਉਂਕਿ ਨਾ ਤਾਂ ਹਜੇ ਤੱਕ ਤੂਰਾ ਵਾਲਾ ਕੋਈ ਇਹਨਾਂ ਨੇ ਡਿਕਲੇਅਰ ਕੀਤਾ ਕਿਉਂਕਿ ਉਹ ਕੱਪੜੇ ਸਿਉਣ ਵਾਲਾ ਦਰਜੀ ਸੀ ਤੇ ਉਹਨੂੰ ਕਹਿ ਤਾ ਪਾਗਲ। ਪਾਗਲ ਕੱਪੜੇ ਪਾੜਦੇ ਤਾਂ ਦੇਖੇ ਨੇ ਪਰ ਸਿਉਂਦਾ ਮੈਂ नहीं कोई देखा अज तक।